ਹੈਲੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਾਂਜੀ, ਕਿਵੇਂ ਹੋ ਜੀ? ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਅਤੇ ਵੈਲਕਮ ਤੁਹਾਡਾ ਸਾਡੇ ਯੂਟਿਊਬ ਚੈਨਲ 'ਤੇ। ਅਤੇ ਰੈਡੀ ਸ਼ੈਡੀ ਹੋ ਗਏ ਹਾਂ ਬਿਲਕੁਲ, ਅਤੇ ਤਜਿੰਦਰ ਭਾਅ ਜੀ ਹੁਣੀ ਤਾਂ ਆ ਗਏ ਆ। ਅਤੇ ਯਾਰ, ਮੈਂ ਦਰਅਸਲ ਚੱਲਿਆ ਥੋੜ੍ਹਾ ਜਿਹਾ ਕੰਮ ਸ਼ਹਿਰ ਨੂੰ, ਕਿਉਂਕਿ ਇੱਕ ਪ੍ਰਮੋਸ਼ਨ ਆਈ ਸੀ, ਉਹ ਪ੍ਰਮੋਸ਼ਨ ਕਰਕੇ ਫਿਰ ਵਾਪਸ ਆ ਗਏ ਅਤੇ ਫਿਰ ਕਰਦੇ ਆਪਾਂ ਸ਼ੂਟ। ਅਤੇ ਬਾਕੀ ਤੁਸੀਂ ਵਲੌਗ ਦੇ ਨਾਲ ਬਣੇ ਰਹੋ। ਲੈ ਵੀ ਹੁਣ ਆ ਗਏ ਆਪਾਂ ਸ਼ੂਟ ਕਰਨ, ਅਤੇ ਇੱਥੇ ਚੱਲ ਰਿਹਾ ਸ਼ੂਟ। ਅਤੇ ਇੱਧਰ ਮੈਂ ਵੀ ਬਿਲਕੁਲ ਰੈਡੀ ਹਾਂ, ਅਤੇ ਸ਼ੂਟ ਤੋਂ ਬਾਅਦ ਜਾਣਾ ਯਾਰ ਫਿਰ। ਹਜੇ ਮੈਂ ਗਿਆ ਨਹੀਂ ਪ੍ਰਮੋਸ਼ਨ ਕਰਨ। ਕੀ ਹਾਲ ਜੇ? ਠੀਕ ਠਾਕ ਜੇ? ਹੈਪੀ ਲੋਹੜੀ ਭਾਜੀ। ਕੁੜੀ ਆਪਣੀ ਮੈਸ ਕਰੋ, ਤੋਰੋ ਉਹਦੇ ਵਿਆਹ ਬਾਰੇ ਸੋਚੋ, ਨੌਕਰੀ ਕਰਨ ਬਾਰੇ ਨਾ ਸੋਚੋ। ਜੇ ਨੌਕਰੀ ਕਰਨ ਲੱਗ ਪਈ ਇਹਨੇ ਸਾਰੀ ਉਮਰ ਇੱਥੇ ਡੇਰੇ ਲਾ ਕੇ ਬੈਠੀ ਰਹਿਣਾ। ਮੇਰੀ ਕੁੜੀ ਤੇਰਾ ਕੀ ਖਾਣ ਡੀ ਆ? ਦੋ ਟਾਈਮ ਦੀ ਰੋਟੀ ਖਾਂਦੀ ਆ ਨਾ, ਹੋਰ ਤੇਰਾ ਕੀ ਵਾਧੂ ਖਰਚਾ ਕਰਾਉਂਦੀ ਆ? ਤੇ ਨਾਲੇ ਮੈਂ ਕਿੱਦਾਂ ਤੋਰਦਾ, ਰਾਹ ਜਾਂਦੇ ਨੂੰ ਆਪਣੀ ਕੁੜੀ ਦਾ ਹੱਥ ਨਹੀਂ ਫੜਾ ਦੇਣਾ ਮੈਂ। ਕੋਈ ਚੰਗਾ ਰਿਸ਼ਤਾ ਲੱਭੇਗਾ ਤੇ ਵਿਆਹ ਕਰਾਂਗੀ। ਕੁਛ ਸੋਚਦਾ ਹੁਣ ਮੈਂ ਕੁੜੀ ਨੂੰ, ਹੁਣ ਮੈਂ ਤੇ ਸੋਚਣਾ, ਹੁਣ ਮੈਂ ਤੇ ਸੋਚਣਾ। ਤੇ ਹਾਂਜੀ ਮਿੱਤਰੋ, ਉਹ ਯਾਰ ਰੋਲਾ ਬੜਾ ਆ ਰਿਹਾ ਮਗਰ। ਯਾਰ ਗੱਲ ਇੱਦਾਂ ਵਾ, ਇਹ ਸ਼ੂਟ ਹੋ ਗਿਆ ਡਨ, ਅਤੇ ਹੁਣ ਆਪਾਂ ਚੱਲੇ ਹਾਂ ਪ੍ਰਮੋਸ਼ਨ 'ਤੇ, ਅਤੇ ਨਾਲ ਮੇਰੇ ਚੱਲਿਆ ਰੂਪਮ। ਚੱਲ ਚੱਲੀ ਓਏ, ਇੱਧਰ ਨੂੰ, ਇੱਧਰ ਨੂੰ ਛੇਤੀ ਕਰ, ਜਿੱਦਰ ਨੂੰ ਆ ਵੀ। ਹਾਂ, ਚਾਰਜ ਕੀ ਕਰਨਾ ਵਾ? ਹੁਣੇ ਆਪਾਂ ਆਉਣ ਜਾਣੀ ਕਰਨਾ ਵਾ। ਹਾਂਜੀ ਮਿੱਤਰੋ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਜਿਵੇਂ ਤੁਹਾਨੂੰ ਦੱਸਿਆ ਸੀ ਨਾ, ਅਸੀਂ ਆਉਣਾ ਸੀ ਪ੍ਰਮੋਸ਼ਨ ਕਰਨ, ਅਤੇ ਫਾਈਨਲੀ ਪਹੁੰਚ ਗਏ ਪ੍ਰਮੋਸ਼ਨ ਕਰਨ 'ਤੇ। ਤੁਹਾਨੂੰ ਦਿਖਾਉਂਦੇ ਹਾਂ ਯਾਰ ਕਿੰਨਾ ਡੈਕੋਰੇਟ ਕੀਤਾ ਹੋਇਆ ਵਾ ਸਾਰਾ। ਇਹ ਹੈਗਾ ਆਸਟ੍ਰੇਲੀਅਨ ਫੋਰੈਸਟ, ਦੇਖੋ ਯਾਰ ਕਿੰਨਾ ਆਲੀਸ਼ਾਨ ਆ ਯਾਰ। ਮੈਨੂੰ ਸੱਚੀ ਤੁਹਾਨੂੰ ਦੱਸਾਂ ਨਾ, ਬਹੁਤ ਹੀ ਘੈਂਟ ਲੱਗਾ ਯਾਰ। ਸੱਚੀ ਦੱਸਾਂ ਨਾ, ਬਹੁਤ ਸੋਹਣੀ ਵਾਈਬ ਆ ਰਹੀ ਇੱਥੇ ਆ ਕੇ ਤਾਂ ਯਾਰ। ਗੱਲ ਇੱਦਾਂ ਵਾ, ਪ੍ਰਮੋਸ਼ਨ ਕਰਕੇ ਆ ਗਏ ਹਾਂ ਘਰੇ, ਅਤੇ ਯਾਰ ਕੀ ਦੱਸੀਓ, ਠੰਡ ਬਹੁਤ ਜ਼ਿਆਦਾ ਯਾਰ, ਹੱਥ ਲਾਲ ਹੋ ਗਿਆ। ਅਤੇ ਹੁਣ ਚੱਲ ਰਿਹਾ ਸ਼ੂਟ, ਪਹਿਲਾਂ ਪਰਲੇ ਘਰ ਸੀ ਸਾਡੇ ਸ਼ੂਟ, ਨਾਲ ਹੀ ਸਾਡੀ ਗਲੀ 'ਚ ਘਰ ਆ, ਉੱਥੇ ਸ਼ੂਟ ਚੱਲਦਾ ਪਿਆ ਸੀ। ਅਤੇ ਹੁਣ ਘਰੇ ਆ ਗਿਆ, ਹੁਣ ਘਰੇ ਹੋਣ ਲੱਗਾ ਸ਼ੂਟ, ਹੁੰਦਾ ਹੋਏਗਾ। ਹਾਂ, ਲੱਗੇ ਹੋਏ ਆ, ਉਹ ਦੇਖੋ ਸਾਹਮਣੇ ਸ਼ੂਟ ਕਰ ਰਿਹਾ। ਅਤੇ ਬਾਕੀ ਤੁਸੀਂ ਫਿਲਹਾਲ ਦੀ ਘੜੀ ਤਾਂ ਵਲੌਗ ਦੇ ਨਾਲ ਬਣੇ ਰਹੋ, ਅਤੇ ਫਿਰ ਮਿਲਦੇ ਹਾਂ ਤੁਹਾਨੂੰ। ਅਤੇ ਗੱਲ ਹੁਣ ਇੱਦਾਂ ਵਾ, ਅਤੇ ਚੁੱਲ੍ਹੇ 'ਤੇ ਬੈਠੇ ਹਾਂ, ਅੱਗ ਵਿੱਚ ਬਿਲਕੁਲ ਨਹੀਂ ਹੈਗੀ। ਅਤੇ ਗੱਲ ਇੱਦਾਂ ਵਾ, ਕਿੱਦਾਂ ਓਏ? ਠੀਕ ਆ ਭਾਜੀ, ਠੀਕ ਆ। ਹੁਣ ਸੇਕਣ ਲੱਗੇ ਆਪਾਂ ਅੱਗ, ਅੱਗ ਸੱਚੀ ਨਹੀਂ ਹੈਗੀ ਯਾਰ।
ਤੇ ਆਹ ਮੁੰਡੇ ਦਾ ਦੇਣਾ ਵੀਡੀਓ 'ਚ ਸੀਨ ਪਾ ਦੇਣਾ ਵਾ। ਇਹਦੀ ਮੰਮੀ ਮਿਲੀ ਸੀ ਇੱਕ ਦਿਨ, ਕਹਿੰਦੀ ਮੇਰੇ ਮੁੰਡੇ ਨੂੰ ਵੀਡੀਓ ਦੇ ਵਿੱਚ ਲਓ ਤੇ ਹੁਣ ਇਹਨੂੰ ਵੀਡੀਓ ਦੇ ਵਿੱਚ ਲੈ ਲੈਣਾ ਵਾ। ਰੋਲਾ ਨਹੀਂ ਪਾਉਣਾ ਬਸ, ਠੀਕ ਆ, ਚੁੱਪ ਚਾਪ ਰਹਿਣਾ ਐਨ ਸ਼ਾਂਤ, ਠੀਕ ਆ, ਹੱਸਣਾ ਵੀ ਨਹੀਂ ਆ ਬਸ, ਠੀਕ ਆ। ਤੇ ਉਹ ਮਹਿਤਾਬ ਦੇ ਨਾਲ ਆਉਣਾ ਤੂੰ, ਠੀਕ ਆ, ਠੀਕ ਆ। ਅਤੇ ਬਾਕੀ ਕਰਦੇ ਹਾਂ ਸ਼ੂਟ ਜਲਦੀ, ਅਤੇ ਥੋੜ੍ਹਾ ਜਿਹਾ ਉਡੀਕ ਕਰ ਰਹੇ ਹਾਂ ਦੋ ਤਿੰਨ ਕਲਾਕਾਰਾਂ ਦੀ, ਅਤੇ ਫਿਰ ਕਰਦੇ ਹਾਂ ਸਟਾਰਟ ਆਪਾਂ। ਰੈਡੀ ਆ? ਹਾਂ ਚਲੋ ਠੀਕ ਆ। ਅੱਗ ਸੀ ਅਗਲੀ, ਠੰਡ ਬਹੁਤ ਆ ਯਾਰ। ਛੁੱਟੀਆਂ ਪਈਆਂ ਸਾਰੇ ਸਕੂਲਾਂ 'ਚ? ਹਾਂਜੀ। ਕਿੰਨੇ ਤਰੀਕ ਤੱਕ ਹੁਣ? ਤੁਹਾਨੂੰ ਤੇ ਇੱਕ ਹਿਸਾਬ ਦੀਆਂ ਜਿੱਦਾਂ ਗਰਮੀ 'ਚ ਨੀ ਛੁੱਟੀਆਂ ਪੈਂਦੀਆਂ, 30-35-40 ਮਹੀਨੇ ਦੀਆਂ, ਓਦਾਂ ਪਈਆਂ ਛੁੱਟੀਆਂ। ਕਿੰਨੀ ਤਰੀਕ ਤੋਂ? 24 ਤਰੀਕ ਤੋਂ ਪਈਆਂ। ਤੇ ਫਿਰ ਕਿੰਨੇ ਨੂੰ ਲੱਗੇ ਸਕੂਲ? ਇੱਕ ਨੂੰ? ਇੱਕ ਨੂੰ ਨਹੀਂ ਲੱਗਿਆ। ਅੱਛਾ, ਇੱਕ ਨੂੰ ਲੱਗਿਆ ਸੀ ਪਰ ਗਏ ਨਹੀਂ ਆਪਾਂ ਮੇਲੇ ਤੋਂ ਬਾਅਦ। ਮੇਲੇ ਤੋਂ ਬਾਅਦ ਚੱਲੇ ਤੇ ਫਿਰ ਤੋਂ ਛੁੱਟੀਆਂ ਪੈਣੀਆਂ ਤੇ ਹੁਣ ਫਿਰ ਤੋਂ ਚੱਲਾ ਸੀ ਅੱਜ ਬਸ ਕੋਲੇ, ਫਿਰ ਤੋਂ ਛੁੱਟੀਆਂ ਪੈਣੀਆਂ। ਅੱਛਾ ਅੱਛਾ, ਤੁਹਾਡੀਆਂ ਤਾਂ ਮੌਜਾਂ ਵਾ। ਚਲੀਏ ਬਣਾਈਏ ਵੀਡੀਓ। ਤੇ ਉਹ ਤੁਹਾਡੇ ਹੋ ਗਏ ਸਾਰੇ? ਸੰਦੀਪ ਦੀ ਨਾਲ ਹੋ ਗਏ ਆਪਣੇ ਰਾਏ। ਅੱਛਾ, ਸੰਦੀਪ ਦੀ ਨਾਲ ਹੋ ਗਏ ਆ ਜਿਹੜੇ ਮੂਵੀ ਦੇ ਵਿੱਚ ਸੀ ਨਾ ਆਪਣੀ, ਕਿਹੜੀ ਚੱਲਣ ਡੀ? ਸਕੇ ਭਰਾ, ਸਕੇ ਭਰਾਵਾਂ ਦੀ ਜਿੱਦ ਬਾਜੀ। ਤੇ ਬਸ ਇਹਨਾਂ ਦੇ ਰਹਿ ਗਏ ਆ ਮਤਲਬ ਮੇਰੇ ਨਾਲ, ਤੇ ਆਹ ਮੁੰਡੇ ਦੇ ਨਾਲ ਵੀ ਅਸੀਂ। ਇਹ ਮੁੰਡੇ ਨੇ ਆਉਣਾ ਵਾ ਹੁਣ, ਸਕੇ ਭਰਾ ਜਾਣਾ ਤੂੰ ਵੇਖਣਾ ਨਾ ਵੀਡੀਓ ਤਾਂ ਸੰਦੀਪ ਨੇ ਉਹ 'ਚ ਆਉਣਾ ਤੂੰ, ਠੀਕ ਆ। ਗਗਨ ਹੀ? ਗਗਨ ਕਿਹੜਾ? ਗਗਨ ਤਾਂ ਆਈ ਨੀ ਵਿੱਚ ਵੀਡੀਓ ਨੇ। ਮੈਂ ਹੀ? ਕਿੰਨੇ ਪਾਰਟ ਆ ਗਏ ਭਲਾ ਉਹਦੇ? ਗੱਲ ਹੁਣ ਏਦਾਂ ਵਾ, ਤੇ ਚੁੱਲ੍ਹੇ ਤੇ ਬੈਠੇ ਆ, ਅੱਗ ਵਿੱਚ ਬਿਲਕੁਲ ਨਹੀਂ ਹੈਗੀ। ਤੇ ਗੱਲ ਏਦਾਂ ਵਾ, ਕਿੱਦਾਂ ਓਏ? ਠੀਕ ਆ, ਹੁਣ ਸੇਕਣ ਲੱਗੇ ਆਪਾਂ ਅੱਗ, ਅੱਗ ਸੱਚੀ ਨਹੀਂ ਹੈਗੀ ਯਾਰ। ਤੇ ਆਹ ਮੁੰਡੇ ਦਾ ਦੇਣਾ ਵੀਡੀਓ 'ਚ ਸੀਨ ਪਾ ਦੇਣਾ ਵਾ। ਇਹਦੀ ਮੰਮੀ ਮਿਲੀ ਸੀ ਇੱਕ ਦਿਨ, ਕਹਿੰਦੀ ਮੇਰੇ ਮੁੰਡੇ ਨੂੰ ਵੀਡੀਓ ਦੇ ਵਿੱਚ ਲਓ ਤੇ ਹੁਣ ਇਹਨੂੰ ਵੀਡੀਓ ਦੇ ਵਿੱਚ ਲੈ ਲੈਣਾ ਵਾ। ਰੋਲਾ ਨਹੀਂ ਪਾਉਣਾ ਬਸ, ਠੀਕ ਆ, ਚੁੱਪ ਚਾਪ ਰਹਿਣਾ ਐਨ ਸ਼ਾਂਤ, ਠੀਕ ਆ, ਹੱਸਣਾ ਵੀ ਨਹੀਂ ਆ ਬਸ, ਠੀਕ ਆ। ਤੇ ਉਹ ਮਹਿਤਾਬ ਦੇ ਨਾਲ ਆਉਣਾ ਤੂੰ, ਠੀਕ ਆ, ਠੀਕ ਆ। ਤੇ ਬਾਕੀ ਕਰਦੇ ਹਾਂ ਸ਼ੂਟ ਜਲਦੀ, ਤੇ ਥੋੜ੍ਹਾ ਜਿਹਾ ਉਡੀਕ ਕਰ ਰਹੇ ਹਾਂ ਦੋ ਤਿੰਨ ਕਲਾਕਾਰਾਂ ਦੀ, ਅਤੇ ਫਿਰ ਕਰਦੇ ਹਾਂ ਸਟਾਰਟ ਆਪਾਂ। ਰੈਡੀ ਆ? ਹਾਂ ਚਲੋ ਠੀਕ ਆ। ਅੱਗ ਸੀ ਅਗਲੀ, ਠੰਡ ਬਹੁਤ ਆ ਯਾਰ। ਛੁੱਟੀਆਂ ਪਈਆਂ ਸਾਰੇ ਸਕੂਲਾਂ 'ਚ? ਹਾਂਜੀ। ਕਿੰਨੇ ਤਰੀਕ ਤੱਕ ਹੁਣ? 21 ਤਰੀਕ ਤੱਕ ਪਈਆਂ, 22 ਤਰੀਕ ਨੂੰ ਸਕੂਲੇ ਜਾਣਾ। ਯਾਰ ਸਾਡੇ ਯਾਰੀ ਨਾ 7 ਦਿਨਾਂ ਆਉਂਦੀਆਂ ਪੈਂਦੀਆਂ ਹੁੰਦੀਆਂ ਸੀ, ਅਤੇ ਜਿੰਨੀ ਮਰਜ਼ੀ ਠੰਡ ਹੋ ਜਾਏ ਬਾਅਦ 'ਚ ਨਹੀਂ ਛੁੱਟੀ ਹੋਣੀ, ਤੁਹਾਡੀਆਂ ਤਾਂ ਮੌਜਾਂ ਲੱਗੀਆਂ ਹੁਣ। ਤੁਹਾਨੂੰ ਤਾਂ ਇੱਕ ਹਿਸਾਬ ਦੀਆਂ ਜਿੱਦਾਂ ਗਰਮੀ 'ਚ ਨਹੀਂ ਛੁੱਟੀਆਂ ਪੈਂਦੀਆਂ, 30-35-40 ਮਹੀਨੇ ਦੀਆਂ, ਉੱਦਾਂ ਪਈਆਂ ਛੁੱਟੀਆਂ। ਕਿੰਨੀ ਤਰੀਕ ਤੋਂ? 24 ਤਰੀਕ ਤੋਂ ਪਈਆਂ। ਅਤੇ ਫਿਰ ਕਿੰਨੇ ਨੂੰ ਲੱਗੇ ਸਕੂਲ? ਇੱਕ ਨੂੰ? ਇੱਕ ਨੂੰ ਵੀ ਨਹੀਂ ਲੱਗਿਆ। ਅੱਛਾ, ਇੱਕ ਨੂੰ ਲੱਗਿਆ ਸੀ ਪਰ ਗਏ ਨਹੀਂ ਆਪਾਂ ਮੇਲੇ ਤੋਂ ਬਾਅਦ। ਮੇਲੇ ਤੋਂ ਬਾਅਦ ਚੱਲੇ ਤੇ ਫਿਰ ਤੋਂ ਛੁੱਟੀਆਂ ਪੈਣੀਆਂ ਤੇ ਹੁਣ ਫਿਰ ਤੋਂ ਚੱਲਾ ਸੀ ਅੱਜ ਬਸ ਕੋਲੇ, ਫਿਰ ਤੋਂ ਛੁੱਟੀਆਂ ਪੈਣੀਆਂ। ਅੱਛਾ ਅੱਛਾ, ਤੁਹਾਡੀਆਂ ਤਾਂ ਮੌਜਾਂ ਵਾ। ਚਲੀਏ ਬਣਾਈਏ ਵੀਡੀਓ। ਤੇ ਉਹ ਤੁਹਾਡੇ ਹੋ ਗਏ ਸਾਰੇ? ਸੰਦੀਪ ਦੀ ਨਾਲ ਹੋ ਗਏ ਆਪਣੇ ਰਾਏ। ਅੱਛਾ, ਸੰਦੀਪ ਦੀ ਨਾਲ ਹੋ ਗਏ ਆ ਜਿਹੜੇ ਮੂਵੀ ਦੇ ਵਿੱਚ ਸੀ ਨਾ ਆਪਣੀ, ਕਿਹੜੀ ਚੱਲਣ ਡੀ? ਸਕੇ ਭਰਾ, ਸਕੇ ਭਰਾਵਾਂ ਦੀ ਜਿੱਦ ਬਾਜੀ। ਤੇ ਬਸ ਇਹਨਾਂ ਦੇ ਰਹਿ ਗਏ ਆ ਮਤਲਬ ਮੇਰੇ ਨਾਲ,
ਤੇ ਆ ਮੁੰਡੇ ਦੇ ਨਾਲ ਵੀ ਅਸੀਂ ਇਹ ਮੁੰਡੇ ਨੇ ਆਉਣਾ ਵਾ ਹੁਣ ਸਗੇ ਭਰਾ ਵਾਲੇ ਹੈ ਸਗੇ ਭਰਾ ਤੇ ਸਗੇ ਭਰਾ ਜਾਣਾ ਤੂੰ ਵੇਖਣਾ ਨਾ ਵੀਡੀਓ ਤਾਂ ਸੰਦੀਪ ਨੇ ਉੱਚੇ ਆਣਾ ਤੂੰ ਠੀਕ ਆ ਜੇ ਗਗਨ ਹੀ ਗਗਨ ਕਿਹੜਾ ਓਏ ਭਰਾ ਓ ਜਿਹੜਾ ਉਹਦਾ ਹੀ ਕੀ ਗਗਨ ਦਾ ਆਈ ਨਹੀਂ ਵਿੱਚ ਵੀਡੀਓ ਤੇ ਤੇ ਫਿਰ ਸਗੇ ਭਰਾ ਵਿੱਚ ਕੌਣ ਕੌਣ ਹੀ ਭਲਾ ਮੈਂ ਹੀ ਕਿੰਨੇ ਪਾਰਟ ਆ ਗਏ ਭਲਾ ਉਹਦੇ ਉਹਦੇ ਪਾਰਟ ਮੇਰੇ ਖਿਆਲ ਤੀਜਾ ਆਇਆ ਚੱਲਾ ਹੈ ਤੀਜਾ ਬਣਾਉਣ ਲੱਗੇ ਆ ਦੋ ਪਹਿਲੇ ਵੇਖ ਲਏ ਤੂੰ ਹਾਂ ਠੀਕ ਆ ਠੀਕ ਆ ਚਲੋ ਠੀਕ ਆ ਕਰਦੇ ਹਾਂ ਸ਼ੁਰੂ ਅਤੇ ਫਿਰ ਮਿਲਦੇ ਹਾਂ ਤੁਹਾਨੂੰ ਠੰਡ ਬਹੁਤ ਆ ਯਾਰ ਮੈਡ ਮਾਣੋ ਅੱਜ ਤੇ ਮਾਸਾ ਕੇ ਕੰਬਲੀ ਮਾਣੋ ਮਾਸਾ ਕੇ ਕੰਬਲੀ ਦਿੱਤੀ ਮਾਣੋ ਤੇ ਮਾਣੋ ਹਾਏ ਹਾਏ ਪਤਾ ਲੱਗ ਗਿਆ ਹੈਲੋ ਪੜਾ ਲੂ ਕਿਆ ਅੱਜ ਠੰਡ ਬੜੀ ਅੰਦਰ ਬਹਿ ਜਾ ਕਰ ਤੈਨੂੰ ਚੋ ਨਹੀਂ ਹੈਗਾ ਜਿਹੜਾ ਕਹਿ ਮੇਰੇ ਪਿਓ ਨੂੰ ਚਾਹੋ ਤੇ ਮੈਨੂੰ ਕਹੋ ਮੇਰੇ ਪਿਓ ਨੂੰ ਨਹੀਂ ਚਾਹੋ ਤੇ ਮੈਨੂੰ ਐਵੇਂ ਚਾਹੋ ਹੋ ਜੀ ਇਹਦੀ ਜਿੱਦਣ ਬਲੌਗ ਬਣਾ ਇਹਨੇ ਸੁਰਮਾ ਹੀ ਨਹੀਂ ਪਾਇਆ ਹੁੰਦਾ ਵੇਖਣ ਦੇ ਹੁਣ ਤੇ ਗੱਲ ਹੁਣ ਇਦਾਂ ਵਾ ਕਿੱਦਾਂ ਵਾ ਗੱਲ ਇਦਾਂ ਵਾ ਕਿ ਆਹ ਵਾਲੀ ਵੀਡੀਓ ਇੱਥੇ ਖਤਮ ਕਰਦੇ ਹਾਂ ਅਤੇ ਤੁਸੀਂ ਕੀ ਅੱਗ ਸੇਕਣ ਦੇ ਜੋ ਸੇਕ ਲਓ ਸੇਕ ਲਓ ਚੱਲ ਆ ਮੈਂ ਤਾਂ ਫਿਰ ਹਾਂਜੀ ਚਲੋ ਚਲੋ ਫਿਰ ਚਲੋ ਠੀਕ ਆ ਓਕੇ ਹਾਂਜੀ ਹੈਗਾ ਹਾਂ ਮੈਂ ਲੈ ਕੇ ਆਇਆ ਅਤੇ ਚਲੋ ਠੀਕ ਆ ਯਾਰ ਆਪਣੀ ਵੀਡੀਓ ਇੱਥੇ ਐਂਡ ਕਰਦੇ ਹਾਂ ਅਤੇ ਫਿਰ ਨਵੇਂ ਵਲੌਗ 'ਚ ਮਿਲਦੇ ਹਾਂ ਤੁਹਾਨੂੰ ਜਲਦੀ ਅਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਸ਼ੇਅਰ ਕਰ ਦਿਓ ਜ਼ਰੂਰ ਵੀਡੀਓ ਨੂੰ ਅਤੇ ਮਿਲਦੇ ਤੁਹਾਨੂੰ ਨਵੀਂ ਵੀਡੀਓ 'ਚ ਜਲਦੀ ਓਕੇ ਜੀ ਬਾਏ।